ਅੰਨੇ ਵਾਹ ਫਾਇਰਿੰਗ ਕਰਦੇ ਨੇ, ਫਿਰ ਇੱਧਰ ਵਾਹੇ ਭਾਈਵਾਲ ਚੱਲਦੇ ਆ, ਉਹ ਵੀ ਜਿਹੜਾ ਨਾ ਅੰਦਰ ਨੇ। ਈਗਲ ਸ਼ਰਾਜ ਭਾਈ ਬਹੁਤ ਅੱਛੀ ਪੋਜੀਸ਼ਨ 'ਤੇ ਨੇ ਇਸ ਟਾਈਮ, ਪਿੱਛੇ ਕੋਈ ਫਾਈਟ ਲੈਣ ਦੀ ਜ਼ਰੂਰਤ ਨਹੀਂ ਕਿਉਂਕਿ ਚਿਕਨ ਡਿਨਰ ਜਿਹਨੇ ਕਰਨਾ ਉਹਨੂੰ ਇਨਾਮ ਮਿਲਣਾ। ਅਦਰ ਪੀ ਐਸ ਬਿਲਾਲ ਭਾਈ ਅੱਜ ਜਾਂਦੇ ਆ ਵੀ ਜਿਹੜਾ ਨਾ ਬੜੀ ਅੱਛੀ ਪੋਜੀਸ਼ਨ 'ਤੇ ਨੇ, ਤਾਂ ਛੋਟਾ ਜਿਹਾ ਸਰਕਲ ਰਹਿ ਗਏ ਆ, ਬਸ ਲੇਟ ਹੋ ਗਿਆ। ਕ੍ਰਿਮੀਨਲ ਭਾਈ ਦੀ ਇਸ ਟਾਈਮ ਕੰਡੀਸ਼ਨ ਜਿਹੜੀ ਹੈ ਨਾ ਕੋਈ ਅੱਡੀ ਅੱਛੀ ਨਹੀਂ ਹੈ, ਅਤੇ ਯਾਰ ਉਹ ਪਤਾ ਨਹੀਂ ਕਿੰਜ ਅਹਿਮਦ ਹਾਂ ਮਾਰਿਆ ਗਿਆ ਯਾਰ। ਇੱਥੇ ਵੇਖੋ ਉੱਡ ਕੇ ਜਿਹੜਾ ਨਾ ਚੱਲਿਆ, ਪੰਜ ਬੰਦੇ ਲਾਈਵ ਨੇ, ਛੋਟਾ ਜਿਹਾ ਸਰਕਲ ਰਹਿ ਗਏ ਆ, ਉਹ ਹੀ ਗੱਲ ਹੋਈ ਹੈ ਨਾ ਭਾਅ ਜੀ। ਬੜਾ ਟਫ ਗੇਮ ਹੈ, ਚਾਰ ਬੰਦੇ ਸਿਰਫ ਲਾਈਵ ਨੇ ਇਸ ਟਾਈਮ, ਅਤੇ ਸਿਚੁਏਸ਼ਨ ਜਿਹੜੀ ਹੈ ਨਾ ਬੜੀ ਖਤਰਨਾਕ ਹੋਈ। ਓਏ ਹੋਏ ਹੋਏ ਹੋਏ, ਉੱਧਰ ਵੇਖੋ ਯਾਰ ਵਨ ਐਚ ਪੀ ਸਿਰਫ ਰਹਿ ਗਿਆ, ਅਤੇ ਇਸ ਟਾਈਮ ਸਭ ਤੋਂ ਅੱਛੀ ਈਗਲ ਸ਼ਰਾ ਬਹੁਤ ਹੈਵੀ ਕੰਮ ਹੋਇਆ। ਇੱਧਰ ਪੰਜ ਕਿਲ ਦੇ ਨਾਲ ਇਸ ਟਾਈਮ ਟਾਪ 'ਤੇ ਜਾ ਰਿਹਾ, ਅਤੇ ਜ਼ੂਨ ਵੀ ਜਿਹੜਾ ਨਾ ਚੱਲ ਪਿਆ ਤਕਰੀਬਨ। ਅਤੇ ਦੇਖੋ ਛੋਟਾ ਜਿਹਾ ਸਰਕਲ ਰਹਿ ਗਿਆ, ਅਤੇ ਵੇਖੋ ਕਿਹੜਾ ਬੰਦਾ ਜਿਹੜਾ ਨਾ ਚਿਕਨ ਡਿਨਰ ਕੱਢ ਕੇ ਜਾਂਦਾ। ਤਿੰਨ ਬੰਦੇ ਅਲਾਈਵ ਨੇ ਅਤੇ ਸਰਕਲ ਬਿਲਕੁਲ ਛੋਟਾ ਜਿਹਾ। ਇੱਧਰ ਵਾਏ ਭਾਈ ਉਹਦੀ ਲੜਾਈ ਹੈ ਈਗਲ ਸ਼ਰਾਜ਼ ਭਾਈ ਨਾਲ, ਅਤੇ ਇੱਧਰ ਵੇਖੋ ਸਮੋਕਾਂ ਵਗੈਰਾ ਕਰਦਾ ਪਿਆ, ਜਦੋਂ ਤੱਕ ਈਗਲ ਸ਼ਰਾਜ਼ ਦੌੜ ਕੇ ਅੰਦਰ ਹੋਇਆ। ਓਏ ਉਹ ਵੇਖੋ ਯਾਰ ਬਹੁਤ ਆਲਾ ਛੋਟਾ ਜਿਹਾ ਸਰਕਲ ਹੈ, ਚੈੱਕ ਕਰੋ ਠੀਕ ਹੈ, ਅਤੇ ਬੜੀ ਹੈਵੀ ਕੰਮ ਪਿਆ। ਤਿੰਨ ਤਿੰਨ ਬੰਦੇ ਅਲਾਈਵ ਨੇ, ਅਤੇ ਵੇਖੋ ਕਿਹੜਾ ਬੰਦਾ ਚਿਕਨ ਡਿਨਰ ਕਰਕੇ ਨਾਮ ਲੈ ਕੇ ਜਾਂਦਾ ਇਸ ਟਾਈਮ। ਓਏ ਹੋਏ ਬਹੁਤ ਹੈਵੀ ਸੀਨ ਹੋ ਗਿਆ, ਇੱਧਰ ਵਨ ਵੀ ਵਨ ਦੀ ਫਾਈਟ ਹੈ ਹੁਣ, ਅਤੇ ਇਸ ਟਾਈਮ ਬੰਦੇ ਦੋਵੇਂ ਬਰਾਬਰ ਦੇ ਨੇ, ਉਹਨੇ ਗਿੱਲੀ ਸੂਟ ਪਾਏ ਆ, ਬਹੁਤ ਵਾਲਾ ਪੋਜੀਸ਼ਨ ਅੱਛੀ ਲੈਣ ਡਿਆ। ਵੇਖੋ ਉਹਨਾਂ ਵਿੱਚੋਂ ਕਿਹੜਾ ਬੰਦਾ ਨਾਮ ਜਿੱਤ ਕੇ ਜਾਂਦਾ, ਕਿਉਂਕਿ ਮੈਂ ਆਪਣੇ ਕਸਟਮ ਰੂਮ ਵਿੱਚ ਰੂਲ ਲੈ ਰੱਖਿਆ ਹੁੰਦਾ, ਜਿਹੜਾ ਬੰਦਾ ਚਿਕਨ ਡਿਨਰ ਕਰੇਗਾ ਇਨਾਮ ਸਿਰਫ ਉਹਨੂੰ ਮਿਲੇਗਾ, ਭਾਵੇਂ ਉਹ 0 ਕਿਲ ਦੇ ਨਾਲ ਕਿਉਂ ਨਾ ਚਿਕਨ ਡਿਨਰ ਕਰੇ। ਇੱਥੇ ਵੇਖੋ ਜੀ ਈਗਲ ਸ਼ਰਾਜ਼ ਭਾਈ ਦੀ ਗੱਡੀ ਤਬਾਹ ਕਰਨ ਡਿਆ ਈਗਲ ਸ਼ਰਾਜ਼ ਭਾਈ, ਪਹਿਲਾਂ ਵੀ ਇਸ ਤੋਂ ਕਸਟਮ ਰੂਮ ਹੈ ਹੀ ਬੰਦਾ ਜਿੱਤਿਆ, ਵੇਖੋ ਐਤਕੀ ਵੀ 300 ਰੁਪਇਆ ਲੈ ਕੇ ਜਾਂਦਾ ਕਿ ਨਹੀਂ। ਅਤੇ ਉੱਧਰ ਪੀ ਐਸ ਬਿਲਾਲ ਭਾਈ ਜਿਹੜਾ ਨਾ, ਅਗਰ ਇਹ ਬੰਦੇ ਕੋਲ ਨੇੜ ਹੁੰਦਾ ਇੱਥੇ ਤਾਂ ਫਾਇਦਾ ਹੋ ਸਕਦਾ ਸੀ ਨਾ, ਨੇੜ ਯਾਰ ਲਾਜ਼ਮੀ ਫੜਿਆ ਕਰੋ, ਇਹ ਕੰਡੀਸ਼ਨ ਤੁਸੀਂ ਚੈੱਕ ਕਰ ਲਓ, ਅਤੇ ਇੱਥੇ ਨੇੜ ਜ਼ਰੂਰ ਹੋਣਾ ਚਾਹੀਦਾ ਸੀ। ਉੱਧਰ ਵੇਖੋ ਈਗਲ ਸ਼ਰਾਜ਼ ਭਾਈ ਕੋਲ ਨੇੜ ਹੈ ਕਿ ਨਹੀਂ, ਉਹਦੇ ਕੋਲ ਵੀ ਨੇੜ ਨਹੀਂ ਹੈ ਯਾਰ, ਕੀ ਸਹੀ ਗੱਲ ਹੈ। ਨੇੜ ਲਾਜ਼ਮੀ ਕੋਡ ਰੱਖਿਆ ਕਰੋ, ਐਂਡ 'ਤੇ ਜਿਹੜਾ ਨਾ ਜ਼ਰੂਰਤ ਪੈਂਦੀ ਹੈ ਨੇੜਾਂ ਦੀ ਠੀਕ ਹੈ। ਅਤੇ ਇੱਧਰ ਚੱਲਦੇ ਉਹਨੂੰ ਨਜ਼ਰ ਆ ਗਿਆ, ਵਨ ਐਚ ਪੀ ਕਰ ਦਿੱਤਾ, ਹੁਣ ਵੇਖੋ ਕੀ ਸਿਚੁਏਸ਼ਨ ਹੁੰਦੀ ਹੈ। ਉਹ ਲੈ ਗਏ ਯਾਰ ਈਗਲ ਸ਼ਰਾਜ਼ ਨਹੀਂ ਉਹ ਜਿੱਤ ਸਕਿਆ, ਪਹਿਲਾਂ ਵੀ ਕਸਟਮ ਰੂਮ ਈਗਲ ਸ਼ਰਾਜ਼ ਭਾਈ ਉਹ ਜਿੱਤਿਆ ਸੀ, ਲੇਕਿਨ ਐਤਕੀ ਪੀ ਐਸ ਬਿਲਾਲ ਭਾਈ ਨੇ ਅੰਨੀ ਪਾ ਕੇ ਮੈਚ ਜਿੱਤ ਗਿਆ।